ਸਤਿ ਸ੍ਰੀ ਅਕਾਲ ਅੱਜ ਤਰੀਕ ਨਵੰਬਰ 13 ਸਾਲ 2021 ਦਿਨ ਸ਼ਨੀਚਰਵਾਰ ਮੈਂ ਅੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਵਰਨਿਕ ਪੰਜਾਬ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਹ ਫੋਕਸ ਕਰ ਰਹੇ ਆਪਾਂ ਕਿ 3 ਲੱਖ ਦੀ ਅਫਗਾਨ ਫੌਜ ਕਿਵੇਂ ਤੇ ਕਿਉਂ ਕੋਈ 60 70 ਹਜ਼ਾਰ ਤਾਲਿਬਾਨ ਗ੍ਰੀਲਿਆ ਕਰੋ ਕੋਲੋਂ ਹਾਰਦੀ ਕੀ ਕਾਰਨ ਸੀ ਕਿ 3 ਲੱਖ ਦੀ ਫੌਜ ਜਿਸ ਨੂੰ ਕਿ ਦੁਨੀਆ ਦੀ ਸਭ ਤੋਂ ਵਧੀਆ ਟ੍ਰੇਨਿੰਗ ਦਿੱਤੀ ਗਈ ਟ੍ਰੇਨਿੰਗ ਦੇਣ ਵਾਲੇ ਜਿਹੜੇ ਮੁਲਕ ਸਨ ਉਹ ਦੁਨੀਆ ਦੀ ਜਿਹੜੀ ਟੌਪ ਦੀ ਫੌਜਾਂ ਨੇ ਅਮਰੀਕਾ ਦੀ ਫੌਜ ਜਾਂ ਕੋਈ ਭਾਰਤ ਦੇ ਕੋਈ ਉਸ ਨੂੰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਇੰਨੀ ਚੰਗੀ ਟ੍ਰੇਨਿੰਗ ਹੋਣ ਦੇ ਬਾਵਜੂਦ ਉਹ ਕਿਉਂ ਹਾਰ ਗਏ ਸੋ ਇਸ ਗੱਲ ਦਾ ਖੁਲਾਸਾ ਜਿਹੜਾ ਹੈ ਕੀਤਾ ਹੈ ਗਾਨੀ ਸਰਕਾਰ ਦੇ ਵਿੱਚ ਰਹੇ ਐਕਸ ਫਾਈਨੈਂਸ ਮਿਨਿਸਟਰ ਖਾਲਿਦ ਪੈਂਦਾ ਨੇ ਖਾਲਦ ਪਾਇਦਾ ਕਹਿ ਰਹੇ ਨੇ ਕਿ ਜਿਹੜੇ ਫੌਜੀ ਸਨ 3 ਲੱਖ ਫੌਜੀ ਉਹ ਗੋਸਟ ਸੋਲਜਰ ਸਨ ਗੋਸਟ ਸੋਲਜਰ ਦਾ ਉਹਨਾਂ ਦਾ ਭਾਵ ਹੈਗਾ ਕਿ ਉਹ ਕਾਗਜ਼ਾਂ ਦੇ ਵਿੱਚ ਸਿਰਫ ਫੌਜੀ ਸਨ ਆਦਰਵਾਇਜ਼ ਫੌਜ ਦੇ ਵਿੱਚ ਕੋਈ ਵੀ ਐਡੀ ਵੱਡੀ ਨਫਰੀ ਐਗਜ਼ਿਸਟ ਨਹੀਂ ਸੀ ਕਰ ਰਹੀ ਇਹ ਗੱਲ ਦਾ ਖੁਲਾਸਾ ਉਹਨਾਂ ਨੇ ਬੀਬੀਸੀ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਫੌਜ ਦੀ ਗਿਣਤੀ 3 ਲੱਖ ਸੀ ਅਸਲ ਦੇ ਵਿੱਚੋਂ 3 ਲੱਖ ਹੈ ਹੀ ਨਹੀਂ ਸੀ ਉਹ ਸਿਰਫ ਕਾਗਜ਼ਾਂ ਦੇ ਵਿੱਚ 3 ਲੱਖ ਦਿਖਾਈ ਜਾਂਦੀ ਸੀ ਅਸਲ ਦੇ ਵਿੱਚ ਕੁੱਲ ਗਿਣਤੀ ਅਫਗਾਨਿਸਤਾਨ ਦੀ ਜਿਹੜੀ ਫੌਜ ਸੀ ਉਹ ਕੁਝ 30 35 ਜਾਂ 40 ਹਜ਼ਾਰ ਸੀ ਬਾਕੀ ਸਿਰਫ ਜਿਹੜੀ ਟ੍ਰੇਨਿੰਗ ਉਹਨਾਂ ਦੇ ਖਾਣਾ ਪੀਣਾ ਉਹਨਾਂ ਦੀ ਨਫਰੀ ਉਹਨਾਂ ਦੀ ਤਨਖਾਹਾਂ ਜਿਹੜੀਆਂ ਸੀ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੁੰਦੀਆਂ ਸਨ ਅਸਲੀਅਤ ਦੇ ਵਿੱਚ ਨਹੀਂ ਹੁੰਦੀਆਂ ਸਨ ਸੋ ਐਡੀ ਵੱਡੀ ਕਰਾਪਸ਼ਨ ਸੀ ਅਫਗਾਨਿਸਤਾਨ ਦੇ ਅੰਦਰ ਇਸ ਢੰਗ ਦੇ ਨਾਲ ਪੈਸਾ ਲੁੱਟਿਆ ਗਿਆ ਅਮਰੀਕਾ ਦਾ ਜੋ ਪੈਸਾ ਉੱਥੇ ਇਨਵੈਸਟ ਹੋ ਰਿਹਾ ਸੀ ਅਸਲ ਦੇ ਵਿੱਚ ਉਸ ਨੂੰ ਅਫਗਾਨਿਸਤਾਨ ਦੀ ਸਰਕਾਰ ਜਾਂ ਉੱਥੇ ਕੰਮ ਕਰ ਰਹੇ ਹੋਰ ਦੇਸ਼ਾਂ ਦੇ ਜਿਹੜੇ ਫੌਜੀ ਜਰਨਲ ਸਨ ਜਾਂ ਅਫਗਾਨਿਸਤਾਨ ਦੇ ਜਰਨਲ ਉਹ ਆਪਸ ਦੇ ਵਿੱਚ ਰਲ ਮਿਲ ਕੇ ਖਾ ਰਹੇ ਸਨ ਫੌਜ ਦੇ ਉੱਤੇ ਕੋਈ ਅਹੀਜੀ ਇਨਵੈਸਟਮੈਂਟ ਨਹੀਂ ਕੀਤੀ ਜਾ ਰਹੀ ਸੀ ਉਹ ਸਿਰਫ ਇੱਕ ਗੋਸਟ ਸੋਲਜਰ ਸਨ ਜਾਨੀ ਕਾਗਜ਼ੀ ਫੌਜੀ ਦਿਖਾਏ ਜਾ ਰਹੇ ਸਨ ਸੋ ਇਹ ਇੱਕ ਬਹੁਤ ਵੱਡੀ ਗੱਲ ਆ ਕਿ ਕਿਸ ਹੱਦ ਤੱਕ ਕਰਾਪਸ਼ਨ ਹੁੰਦੀ ਆ ਕਿ ਦੁਨੀਆ ਨੂੰ ਇਹ ਦਿਖਾਇਆ ਜਾ ਰਿਹਾ ਕਿ ਐਡੀ ਵੱਡੀ ਫੌਜ ਆ ਉਸ ਦੀ ਐਡੀ ਵੱਡੀ ਟ੍ਰੇਨਿੰਗ ਆ ਉਸ ਦੇ ਕੋਲ ਇੰਨਾ ਇਕੁਪਮੈਂਟ ਆ ਪਰ ਅਲਟੀਮੇਟਲੀ ਉਹ ਕੁਛ ਹੈ ਹੀ ਨਹੀਂ ਹੁੰਦਾ ਇਸ ਲੈਵਲ ਦੀ ਕਰਾਪਸ਼ਨ ਸਿਰਫ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਇਹ ਕੁਛ ਹੋ ਰਿਹਾ ਸੀ 30 40 ਹਜ਼ਾਰ ਫੌਜ ਨੂੰ ਹਰਾਉਣਾ ਤਾਲਿਬਾਨ ਗੁਰੀਲਿਆ ਵਾਸਤੇ ਬੜਾ ਸੌਖਾ ਕੰਮ ਸੀ ਉਹਨਾਂ ਨੇ ਦਿਨਾਂ ਦੇ ਵਿੱਚ ਹੀ ਸਾਰੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਜਿਸ ਫੌਜ ਨੂੰ ਕਿਹਾ ਗਿਆ ਸੀ ਕਿ ਉਹ 3 ਲੱਖ ਫੌਜ ਹੈ ਉਸ ਨੂੰ ਦੁਨੀਆ ਦੀ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਗਈ ਹੈ ਬੜੀ ਟਾਪ ਆਫ ਦੀ ਜਿਹੜੀ ਟ੍ਰੇਨਿੰਗ ਵਰਲਡ ਦੇ ਵਿੱਚ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਪਰ ਉਹ ਅਸਲ ਦੇ ਵਿੱਚ ਸਾਰੀ ਕਾਗਜ਼ਾਂ ਦੇ ਵਿੱਚ ਸੀ ਰਿਐਲਿਟੀ ਦੇ ਵਿੱਚ ਕੁਝ ਵੀ ਨਹੀਂ ਸੀ ਬਾਕੀ ਤਾਂ ਸਾਰਾ ਪੈਸਾ ਖਾਦਾ ਜਾ ਰਿਹਾ ਸੀ ਫੌਜ ਦੇ ਨਾਮ ਦੇ ਉੱਤੇ ਤੇ ਜੇ afghanistan ਦੇ ਵਿੱਚ ਇਹ ਕੁਝ ਹੋ ਸਕਦਾ ਕੀ ਦੂਸਰੇ ਦੇਸ਼ਾਂ ਦੇ ਵਿੱਚ ਨਹੀਂ ਹੋ ਸਕਦਾ ਇਹ ਇੱਕ ਵੱਡਾ ਸਵਾਲ ਹੈ ਜੇ ਆਪਾਂ ਇਹ ਸਵਾਲ ਨੂੰ ਭਾਰਤ ਦੇ ਨੁਕਤਾ ਨਜ਼ਰ ਤੋਂ ਦੇਖੀਏ ਤਾਂ ਸਾਨੂੰ ਥੋੜਾ ਬਹੁਤ ਦੇਖਣਾ ਪੈ ਸਕਦਾ ਹੈ ਸਾਨੂੰ ਸ਼ੱਕ ਹੋ ਸਕਦੀ ਹੈ ਕਿ ਸ਼ਾਇਦ ਭਾਰਤ ਦੀ ਫੌਜ ਦੇ ਵਿੱਚ ਵੀ ਇਹ ਕੁਝ ਹੋ ਰਿਹਾ ਹੋਵੇ ਗੱਲ ਕਰਦੇ ਹਾਂ ਜੀ ਕਾਰਗਿਲ ਵਾਰ ਦੀ ਕਾਰ ਗਿਲਵਾਰ ਦੇ ਵਿੱਚ ਜਦੋਂ ਫੌਜੀ ਸ਼ਹੀਦ ਹੋ ਰਹੇ ਸਨ ਜਦੋਂ ਭਾਰਤ ਦੇ ਫੌਜੀ ਆਉਂਦੀਆਂ ਮੌਤਾਂ ਹੋ ਰਹੀਆਂ ਸਨ ਉਹਨਾਂ ਦੇ ਤਬੂਤਾਂ ਦੇ ਪੈਸੇ ਵੀ ਖਾਦੇ ਗਏ ਉਹਨਾਂ ਦੇ ਜਿਹੜੇ ਬਕਸੇ ਹੁੰਦੇ ਨੇ ਜਿਨ੍ਹਾਂ ਚ ਡੈੱਡ ਬਾਡੀਜ਼ ਆਉਂਦੀਆਂ ਨੇ ਤਬੂਤ ਉਹਨਾਂ ਦੇ ਪੈਸੇ ਵੀ ਕਰਪਸ਼ਨ ਕੀਤੀ ਗਈ ਤਬੂਤ ਬਣਾ ਹੀ ਨਹੀਂ ਗਏ ਕਰਪਟ ਸਿਰਫ ਕਾਗਜ਼ਾ ਦੇ ਵਿੱਚ ਦਿਖਾਏ ਜਾ ਰਹੇ ਸੀ ਔਰ ਉਹ ਪੈਸੇ ਖਾਦੇ ਜਾ ਰਹੇ ਸੀ ਕੀ ਭਾਰਤ ਦੀ ਜਿਹੜੀ 13 14 15 ਲੱਖ ਫੌਜ ਕਹੀ ਜਾ ਸਕਦੀ ਹੈ ਕੀ ਉਹ ਸੱਚਮੁੱਚ ਐਗਜ਼ਿਸਟ ਕਰਦੀ ਹੈ ਇਹ ਵੀ ਇੱਕ ਸਵਾਲੀਆ ਨਿਸ਼ਾਨਾ ਹੋ ਸਕਦਾ ਇਹ ਫੌਜ ਐਗਜ਼ਿਸਟ ਹੀ ਨਾ ਕਰਦੀ ਹੋਵੇ ਤੇ ਜਿਹੜਾ ਇਕੁਪਮੈਂਟ ਦਿਖਾਇਆ ਜਾ ਰਿਹਾ ਕੀ ਉਹ ਭਾਰਤ ਕੋਲੇ ਫੌਜੀ ਸਾਜ਼ੋਸਮਾਨ ਇਸ ਲੈਵਲ ਦਾ ਹੈ ਜੋ ਸਿਰਫ ਦਿਖਾਇਆ ਜਾ ਰਿਹਾ ਹਾਲਾਂਕਿ ਜੋ ਸਾਜ਼ੋਸਮਾਨ ਦਿਖਾਇਆ ਵੀ ਜਾ ਰਿਹਾ ਉਹ ਵੀ ਸਾਡੇ ਨੇਵਰਿੰਗ ਜਿਹੜੇ ਕੰਟਰੀਜ਼ ਨੇ ਪਾਕਿਸਤਾਨ ਤੇ ਚਾਈਨਾ ਉਹਨਾਂ ਦੇ ਮੁਕਾਬਲੇ ਲੋ ਲੈਵਲ ਦਾ ਲੋ ਸਟੈਂਡਰਡ ਦਾ ਪਰ ਫਿਰ ਵੀ ਉਹਨਾਂ ਦੇ ਉੱਤੇ ਕਿੰਨਾ ਖਰਚਾ ਆ ਰਿਹਾ ਕੀ ਭਾਰਤ ਦੇ ਵਿੱਚ ਵੀ ਇਦਾਂ ਦੀ ਕਰਾਪਸ਼ਨ ਹੋ ਸਕਦੀ ਹੈ ਜਿੰਨਾ ਦੀ ਕਰਾਪਸ਼ਨ ਅਫਗਾਨਿਸਤਾਨ ਦੇ ਵਿੱਚ ਹੋ ਰਹੀ ਸੀ ਇਹ ਵੀ ਸਾਨੂੰ ਦੇਖਣਾ ਪਵੇਗਾ ਕਿ ਅਫਗਾਨਿਸਤਾਨ ਦੀ ਜਿਹੜੀ ਗਨੀ ਸਰਕਾਰ ਸੀ ਉਹ ਭਾਰਤ ਸਰਕਾਰ ਦੇ ਨਾਲ ਬਹੁਤ ਮਿਲ ਜੁਲ ਕੇ ਚੱਲ ਰਹੀ ਸੀ ਸੋ ਦੋਹੇ ਸਰਕਾਰਾਂ ਕਿਉਂ ਖਿੱਚਦੀ ਸੀ ਦੋਹੇ ਸਰਕਾਰਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਵੀ ਇੱਕੋ ਜਿਹੇ ਨੇ ਤੇ ਜੇ ਇਹ ਜੀ ਕਰਪਸ਼ਨ ਗੋਸਟ ਸੋਲજર afghanistan ਦੇ ਵਿੱਚ ਹੋ ਸਕਦੇ ਨੇ afghanistan ਦੀ ਫੌਜ ਦੇ ਵਿੱਚ ਇਹੋ ਜਿਹਾ ਕੁਝ ਹੋ ਸਕਦਾ ਹੈ ਕਿ ਭਾਰਤ ਦੀ ਫੌਜ ਵਿੱਚ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਇੱਕ ਵੱਡਾ ਸਵਾਲ ਆ ਜਿਸ ਤੇ ਵਿਚਾਰ ਹੋਣੀ ਚਾਹੀਦੀ ਆ ਤੁਸੀਂ ਦੱਸਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਫਿਲਹਾਲ ਇਸ ਵੀਡੀਓ ਦੇ ਵਿੱਚ ਅੱਜ ਤੱਕ ਦੀ ਸਿਰਫ ਸਤ ਸ੍ਰੀ ਅਕਾਲ